ਬਹੁਤ ਸਾਰੇ ਵੀਰਾਂ ਦਾ ਕਮੈਂਟ ਇਹ ਆ ਰਿਹਾ ਸੀ ਕਿ ਮੈਂ ਰਹਿਣ ਕਿੱਥੇ ਦਿਆਂ ਫਿਲਹਾਲ। ਆਹ ਤੇਲ ਜੇ ਮੰਮਾ ਤੇਲ ਚੇਂਜ ਨਹੀਂ ਕੀਤਾ ਹੋਇਆ ਫਿਰ ਹੋਰ ਕੀ ਆ ਇੱਥੇ ਕਿਹੜਾ ਬਹੁਤ ਕਿਤੇ ਇਹ ਨੋਵਲਟੀ ਸਵੀਟਸ ਆ ਕਿ ਇੱਥੇ ਕੈਸ਼ ਪਿਆ ਹੋਣਾ ਖੁੱਲ੍ਹਾ ਡੁੱਲ ਬਣਾਏ ਚੌਲ ਮੁੰਡਿਆ ਸਾਰੇ ਖਾ ਲਏ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਤੁਹਾਡਾ ਇੱਕ ਹੋਰ ਨਵੇਂ ਵਲੌਗ ਪਿਆਰੇ ਚੈਨਲ ਜਸ਼ਨ ਵਲੌਗ 'ਤੇ ਅਤੇ ਅੱਜ ਦਾ ਵਲੌਗ ਆਪਾਂ ਬਾਹਰੋਂ ਸ਼ੁਰੂ ਕਰ ਰਹੇ ਹਾਂ ਅਤੇ ਆਵਾਜ਼ ਤੁਹਾਨੂੰ ਜੇ ਤਾਂ ਨਹੀਂ ਆ ਰਹੀ ਹੋਈ ਤਾਂ ਮਾਫ਼ ਕਰਿਓ ਕਿਉਂਕਿ ਹਵਾ ਦੀ ਆਵਾਜ਼ ਬਹੁਤ ਤੇਜ਼ ਆਉਂਦੀ ਹੈ। ਕੱਲ੍ਹ ਵਾਲੇ ਵਲੌਗ 'ਚ ਵੀ ਮੈਨੂੰ ਮਾਫ਼ੀ ਕਰਿਓ ਕਿ ਵਲੌਗ ਦੇ ਵਿੱਚ ਥੋੜ੍ਹੀ ਜਿਹੀ ਹਵਾ ਦੇ ਨਾਲ ਡਿਸਟਰਬੈਂਸ ਹੁੰਦੀ ਸੀ ਬਟ ਕੀ ਕਰ ਸਕਦੇ ਹੁਣ ਹਵਾ ਨੂੰ ਕੌਣ ਰੋਕ ਸਕਦਾ ਰੱਬ ਦੇ ਰੰਗ ਆ ਇਹਨੂੰ ਨਹੀਂ ਕੋਈ ਰੋਕ ਸਕਦਾ ਤਾਂ ਕਰਕੇ ਥੋੜ੍ਹਾ ਜਿਹਾ ਐਡਜਸਟ ਕਰ ਲਿਆ ਕਰੋ ਮੇਰੇ ਭਰਾ। ਅਤੇ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰੇ ਵੀਰਾਂ ਦਾ ਭਰਾਵਾਂ ਦਾ ਆਂਟੀ ਅੰਕਲ ਜੀ ਜਿਨ੍ਹਾਂ ਨੇ ਵੀ ਸਬਸਕ੍ਰਾਈਬ ਕੀਤਾ ਹੋਇਆ ਚੈਨਲ ਨੂੰ ਆਪਣੇ 1011 ਸਬਸਕ੍ਰਾਈਬਰਸ ਹੋ ਗਏ ਆ ਅਤੇ ਬਹੁਤ ਬਹੁਤ ਥੈਂਕ ਯੂ ਉਹਨਾਂ ਦਾ ਦਿਲੋਂ ਧੰਨਵਾਦ ਜਿਹੜੇ ਵੀਰ ਭਰਾਵਾਂ ਨੇ ਭੈਣ ਭਰਾਵਾਂ ਨੇ ਸਬਸਕ੍ਰਾਈਬ ਕੀਤਾ ਚੈਨਲ। ਹਾਂਜੀ ਅਤੇ ਬਹੁਤ ਬਹੁਤ ਥੈਂਕ ਯੂ ਉਹਨਾਂ ਦਾ ਆਪਣੇ ਆਪਾਂ ਹੁਣ ਟੋਟਲ 1000+ ਫੈਮਿਲੀ ਹੋ ਗਏ ਆ ਯੂਟਿਊਬ 'ਤੇ ਅਤੇ ਆਪਣੇ ਵੀਰ ਭਰਾਏ ਵੀ ਸਾਰੇ ਵਿੱਚ ਹੀ ਆ ਫੈਮਿਲੀ ਦੇ ਆਪਣੇ ਅਤੇ ਹੈ ਨਾ ਹੁਣ ਆਪਾਂ ਚੱਲੇ ਸੀ ਬਾਹਰ ਨੂੰ ਕਿਉਂਕਿ ਲੱਗ ਰਹੀ ਸੀ ਭੁੱਖ ਅਤੇ ਸੋਚਿਆ ਕਿ ਖਾ ਪੀ ਆਈਏ ਕੁਛ ਬਰਗਰ ਕਿੰਗ ਵਾਲੇ ਵੀਰਾਂ ਤੋਂ ਅਤੇ ਬਾਹਰ ਤਾਂ ਇੱਕ ਵਾਰ ਪਿੱਛੋਂ ਵੀ ਮਾਹੌਲ ਚੈੱਕ ਕਰੋ ਦੇਖੋ ਪਿੱਛੋਂ ਮੀਂਹ ਪੈਣ ਵਾਲਾ ਹੋਇਆ ਪਿਆ ਵਾ ਵੇਖੋ ਕਦੋਂ ਪੈਂਦਾ ਮੀਂਹ ਅਤੇ ਬਹੁਤ ਬਹੁਤ ਦਿਲੋਂ ਧੰਨਵਾਦ ਯਾਰ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇੰਨਾ ਜ਼ਿਆਦਾ ਖੁਸ਼ੀ ਹੁੰਦੀ ਹੈ ਨਾ ਕਿ ਹਜੇ ਮੈਂ ਕੱਲ੍ਹ ਵਲੌਗ ਪਾਇਆ ਸੀ ਅਤੇ ਮੈਂ ਕਿਹਾ ਜੀ ਕਿ 5 ਰਹਿ ਗਏ ਆ ਕਰਵਾ ਦਿਓ ਅਤੇ ਵੀਰ ਭਰਾਵਾਂ ਨੇ ਇੰਨੀ ਕੁ ਜ਼ਿਆਦਾ ਸਪੋਰਟ ਕੀਤੀ ਹੈ ਕਿ 1011 ਕਰਾ ਦੇ ਆ ਕਿ 15 ਸਬਸਕ੍ਰਾਈਬਰ ਸਿੱਧਾ ਵੱਧ ਕਰਾ ਦਿੱਤੀ। ਹਾਂਜੀ ਛਤਰੀ ਕੀ ਕਰਨੀ ਆ ਲੈ ਆ ਚੱਲ ਮੁੰਡੇ ਕਹਿੰਦੇ ਕਿ ਛਤਰੀ ਲੈ ਜਾਈਏ ਮੀਂਹ ਨਾ ਪੈ ਜੇ ਅਤੇ ਹੁਣ ਆਪਾਂ ਚੱਲੇ ਸੀ ਪ੍ਰਤੀਕ ਹੋਣਾ ਤੋਂ ਯਾਰ ਬਹੁਤ ਜ਼ਿਆਦਾ ਥੈਂਕ ਯੂ ਤੁਹਾਡਾ ਸਾਰਿਆਂ ਦਾ ਖੁਸ਼ੀ ਬਹੁਤ ਹੁੰਦੀ ਹੈ ਕੀ ਦੱਸ ਸਕਦੇ ਮੈਂ ਤੁਹਾਨੂੰ ਨਾ ਐਕਸਪ੍ਰੈਸ ਨਹੀਂ ਕਰ ਸਕਦਾ ਆਪਣੀ ਫੀਲਿੰਗਸ ਕਿ ਇੰਨਾ ਜ਼ਿਆਦਾ ਖੁਸ਼ ਹਾਂ ਮੈਂ ਕਿ ਤੁਸੀਂ ਮੇਰੇ ਸੁਣ ਲਈ ਗੱਲ 5 ਸਬਸਕ੍ਰਾਈਬਰ ਆਖੇ ਅਤੇ ਸਿੱਧਾ ਟਪਾ ਦਿੱਤੀ 1000+ ਕਰਾ ਦੇ ਆ ਅਤੇ ਹੁਣ ਆਪਣਾ ਜਿਹੜਾ ਨੈਕਸਟ ਗੋਲ ਰਹੂਗਾ ਉਹ ਰਹੂਗਾ 2000 ਸਬਸਕ੍ਰਾਈਬਰ ਆਪਾਂ ਵੇਖਦੇ ਹਾਂ ਕਿੰਨੇ ਦਿਨਾਂ ਨੂੰ ਹੁੰਦੇ ਆ ਅੱਜ ਲਾ ਲਓ 17 ਜਨਵਰੀ ਆ ਸੋਰੀ ਜਨਵਰੀ ਆਖੀ ਜਾਂਦਾ ਯਾਰ ਅੱਜ ਹੀ ਆ 17 ਜੂਨ ਅਤੇ ਵੇਖਦੇ ਹਾਂ ਕਦੋਂ ਹੁੰਦੇ ਆ ਆਪਣੇ 2000 ਸਬਸਕ੍ਰਾਈਬਰ ਹੈ ਨਾ ਅਤੇ ਵਲੌਗਾਂ ਦੇ ਨਾਲ ਬਣੇ ਰਹੋ ਇੱਦਾਂ ਹੀ ਸਪੋਰਟ ਕਰਦੇ ਰਹੋ ਸਾਨੂੰ ਸਾਰਿਆਂ ਨੂੰ ਅਸੀਂ ਵਧੀਆ ਤੋਂ ਵਧੀਆ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਇਨਫੋਰਮੇਟਿਵ ਵਲੌਗ ਵੀ ਲਿਆਈਏ ਥੋੜ੍ਹੇ ਮੋਟੀਵੇਸ਼ਨਲ ਵੀ ਲਿਆਈਏ ਅਤੇ ਥੋੜ੍ਹੀ ਪਰਸਨਲ ਐਕਸਪੀਰੀਅੰਸ ਵੀ ਸ਼ੇਅਰ ਕਰੀਏ ਅਤੇ ਬਾਕੀ ਇਨਫੋਰਮੇਸ਼ਨ ਵੀ ਜਿੰਨੀ ਕੁ ਹੋ ਸਕਦੀ ਉੰਨੀ ਤੁਹਾਨੂੰ ਸ਼ੇਅਰ ਕਰੀਏ ਅਤੇ ਹੁਣ ਆਪਾਂ ਚਲੀਏ ਪ੍ਰਤੀਕ ਹੋਣਾ ਕੋਲ ਜਸਕਿਰਤ ਨੂੰ ਉੱਧਰੋਂ ਸੱਦੀਏ ਹਵਾ ਬਹੁਤ ਜ਼ਿਆਦਾ ਚੱਲ ਰਹੀ ਹੈ ਇੱਥੇ ਜੱਜ ਕਰ ਵੀ ਮੇਰੇ ਵੀਰੋ ਕਹਿੰਦੇ ਕਿੱਥੇ ਆ ਗਏ ਮੁੰਡੇ ਕਹਿੰਦੇ ਉੱਥੇ ਹੀ ਆ ਗਏ ਜਿੱਥੇ ਰੋਜ਼ ਆਉਂਦੇ ਆ ਕੰਮ ਕਰਨ ਲਈ ਅਤੇ ਕੰਮ ਮੁੰਡੇ ਲੱਗਿਆ ਉਹ ਲੱਗਾ ਬਰਗਰ ਬਣਾਉਣ ਰੀਝ ਨਾਲ ਕਹਿੰਦੇ ਮੁੰਡੇ ਬਰਗਰ ਬਣਾਉਂਦੇ ਆ ਅਤੇ ਪੂਰੀ ਡਟ ਕੇ ਕੰਮ ਕਰਦੇ ਆ ਕਹਿੰਦੇ ਇਕੱਲਾ ਇਕੱਲਾ ਯਾਦ ਉਹਨਾਂ ਨੂੰ ਜਿੰਨੇ ਇੱਥੇ ਲੱਗੇ ਨਾ ਇਕੱਲਾ ਇਕੱਲਾ ਯਾਦ ਕਿੱਦਾਂ ਬਣਾਉਣਾ ਮੈਨੂੰ ਵੀ ਸਾਰੇ ਯਾਦ ਜੇ ਅਤੇ ਜਲਦੀ ਜਲਦੀ ਆਪਾਂ ਔਡਰ ਦਿੱਤਾ ਆ ਖਾਈਏ ਸਾਨੂੰ ਇਹ ਹੈ ਕਿ ਚਲੋ ਡਿਸਕਾਊਂਟ ਮਿਲ ਜਾਂਦਾ ਮਾੜਾ ਮੋਟਾ ਇਹਨਾਂ ਤੋਂ ਤਾਂ ਕਰਕੇ ਆਪਾਂ ਖਾ ਲਈਦਾ ਵਾ ਖਾ ਜਾਂਦੇ ਆ ਅਤੇ ਫਿਰ ਖਾਈਏ ਅਤੇ ਫਿਰ ਤੁਹਾਨੂੰ ਮਿਲਦੇ ਆ ਆ ਗਿਆ ਕਹਿੰਦੇ ਮੀਲ ਆਪਣੀ ਉੱਧਰ ਕੋਕ ਫੜੀ ਜਾਂਦੇ ਮੁੰਡੇ ਹੁਣ ਖਾਈਏ ਤਾਂ ਫਿਰ ਤੁਹਾਨੂੰ ਮਿਲਦੇ ਅੱਗੇ ਜਾ ਕੇ ਲੇਟ ਭਰਾ ਕਿੱਥੋਂ ਦੀ ਹੱਥ ਕਢਾਈ ਜਾਂਦੇ ਜੇ ਦੂਜੀ ਨਹੀਂ ਲਿਆਂਦੀ ਮੇਰੇ ਵੀਰੋ ਕਹਿੰਦੇ ਮੁੰਡੇ ਆ ਗਏ ਰਿਵਰ 'ਤੇ ਚੈੱਕ ਕਰੋ ਰਿਵਰ ਕਿੰਨਾ ਘੈਂਟ ਵਿਊ ਆਉਂਦਾ ਨਾ ਪੂਰਾ ਸਿਰਾ ਵਿਊ ਆ ਜਿੱਥੋਂ ਦਾ ਨਜ਼ਾਰਾ ਜੀ
ਮੀਂਹ ਪੈਣ ਲੱਗ ਗਿਆ ਮੱਠਾ ਮੱਠਾ ਤੇ ਆਪਾਂ ਚੱਲੇ ਹੁਣ ਕੱਚੇ ਪਏ ਘਰੇ ਘਰ ਪਹੁੰਚੀਏ ਮਿੰਟੋ ਮਿੰਟ ਮਾੜਾ ਹੋਏ ਮੀਂਹ 'ਚ ਭੇਜੀਏ ਘਰ ਪਹੁੰਚ ਪਹੁੰਚ ਕੇ ਤੇ ਫਿਰ ਤੁਹਾਡੇ ਨਾਲ ਕਰਦੇ ਹਾਂ ਆਪਾਂ ਗੱਲ ਇੱਕ ਵਾਰ ਵਿਊ ਚੈੱਕ ਕਰੋ ਤੁਸੀਂ ਦੁਬਾਰਾ ਤੋਂ ਪੂਰਾ ਔਖੀ ਰਿਪੋਰਟ ਹੋ ਗਿਆ ਮੌਸਮ ਅੱਜ ਤੇ ਪਰ ਇਹ ਹੈ ਕਿ ਹਵਾ ਬਹੁਤ ਜ਼ਿਆਦਾ ਚੱਲਣ ਲੱਗ ਗਈ ਹੈ ਠੰਡ ਵੀ ਹੋ ਗਈ ਹੈ ਜ਼ਿਆਦਾ ਘਰ ਜਾ ਕੇ ਕਰਦੇ ਤੁਹਾਡੇ ਨਾਲ ਗੱਲ ਉਹ ਵੀ ਮੇਰੇ ਵੀਰੋ ਚਾਚੇ ਨਾਲ ਘਰ ਚੈੱਕ ਕਰੋ ਕਿੰਨਾ ਕਿਹੜ ਬਣਾਇਆ ਬਾਸਕਿਟਬਾਲ ਵਿੱਚ ਯਾਚ ਵਿੱਚ ਮੋਟਰਬੋਟ ਵਿੱਚ ਘਰ ਵੀ ਪੂਰਾ ਔਖੇ ਰਿਪੋਰਟ ਵਾਲੇ ਝੰਡਾ ਲੱਗਦਾ ਕਹਿੰਦੇ ਕੈਨੇਡਾ ਦਾ ਉਹ ਆਪਣਾ ਘਰ ਜੇ ਥੱਕ ਗਏ ਯਾਰ ਭੱਜ ਭੱਜ ਗਏ ਹੁਣ ਚੱਲੀਏ ਘਰ ਨੂੰ ਘਰ ਜਾ ਕੇ ਤੁਹਾਡੇ ਨਾਲ ਕਰਦੇ ਗੱਲਾਂ ਬਾਤਾਂ ਬਾਕੀ ਆ ਜਾਓ ਬਹੁਤ ਸਾਰੇ ਵੀਰਾਂ ਦਾ ਕਮੈਂਟ ਇਹ ਆ ਰਿਹਾ ਸੀ ਕਿ ਮੈਂ ਰਹਿਣ ਕਿੱਥੇ ਦਿਆਂ ਫਿਲਹਾਲ ਅਤੇ ਆਹ ਉਹ ਜਗ੍ਹਾ ਜੇ ਰਹਿਣ ਮੈਂ ਜਿੱਥੇ ਦਿਆਂ ਵਾਂ ਇਹ ਫੋਰਟ ਮੈਕਮਰੀ ਨਹੀਂ ਆ ਇਹ ਵੀ ਇੱਕ ਫੋਰਟ ਮੈਕ ਤੋਂ ਵੀ ਛੋਟਾ ਸ਼ਹਿਰ ਜੇ ਲਾ ਲਓ ਹਿਸਾਬ ਆਹ ਜਗ੍ਹਾ 'ਤੇ ਮੈਂ ਰਹਿਣ ਦਿਆਂ ਜੀ ਇਹਦਾ ਨਾਮ ਹੈਗਾ ਵੈਂਟਰਿੰਗ ਰਿਵਰ ਜੋ ਕਿ ਐਡਮੰਟਨ ਅਤੇ ਫੋਰਟ ਮੈਕ ਦੇ ਵਿੱਚ ਇੱਕ ਪਲਾਜ਼ਾ ਆਉਂਦਾ ਵਾ ਉਹ ਜਗ੍ਹਾ ਵਾ ਅਤੇ ਆਹ ਆਪਣਾ ਘਰ 'ਚ ਛੋਟਾ ਜਿਹਾ ਮੁੰਡੇ ਹੋ ਆ ਗਏ ਘਰ ਉਹ ਉੱਧਰ ਹੀ ਲੇਗਾ ਆਪਾਂ ਉੱਧਰੋਂ ਘੁੰਮ ਕੇ ਆਏ ਹਾਂ ਕੀ ਗੱਲ ਆਪੂਗਾ ਬੰਦ ਕੀਤਾ ਉਹਨੇ ਜੱਗੀ ਕਹਿੰਦੇ ਡਰ ਕੇ ਪੂਰੇ ਲੋਕ ਕਰਕੇ ਰੱਖਿਆ ਹੋਇਆ ਅਤੇ ਬਸ ਹੁਣ ਘਰ ਜਾ ਕੇ ਅਤੇ ਵੇਖੀਏ ਕੀ ਹਿਸਾਬ ਕਿਤਾਬ ਜੱਗੀ ਨੇ ਕਹਿੰਦੇ ਚੌਲ ਚੂਰ ਬਣਾ ਕੇ ਰੱਖੇ ਆਪਣੇ ਲਈ ਬਣਾਏ ਚੌਲ ਮੁੰਡਿਆ ਸਾਰੇ ਖਾ ਲਈ ਲੈ ਕਰੋ ਚੈੱਕ ਇੱਥੇ ਰੱਖੋ ਕਹਿੰਦੇ ਤੜਕੇ ਵਾਲੇ ਚੌਲ ਬਣਾਏ ਮੁੰਡੇ ਨੇ ਐਂਡ ਕਰਾਈ ਪੂਰੀ ਹੁਣ ਬਹਿ ਕੇ ਥੋੜ੍ਹੀ ਰੈਸਟ ਕਰੀਏ ਅੰਦਰ ਜਾ ਕੇ ਸਾਹ ਬਹੁਤ ਚੜਿਆ ਤਾਂ ਫਿਰ ਤੁਹਾਡੇ ਨਾਲ ਕਰਦੇ ਗੱਲ ਓਕੇ ਗਾਈਸ ਮੇਰੇ ਵੀਰੋ ਯਾਰ ਨਿਕਲ ਗਏ ਤੈਨੂੰ ਕਾਹਤੋਂ ਪਾ ਗਿਆ ਮਾਮਾ ਤੈਨੂੰ ਕਿਹਨੇ ਕਿਹਾ ਟੀ ਸ਼ਰਟ ਪਾ ਗਿਆ ਮੁੰਡਾ ਕਹਿੰਦੇ ਚਾਰਜ ਭੁੱਲ ਆਇਆ ਭੁੱਲ ਹੈ ਸੀ ਟੂ ਅਤੇ ਮੀਟੂ ਆ ਗਏ ਜੇ ਇਹ ਸਾਡੇ ਯਾਰ ਦੋਸਤ ਦਿੱਤੇ ਨਵੇਂ ਸੀ ਟੂ ਅਤੇ ਮੀਟੂ ਹਾਂ ਕੀ ਗੱਲ ਆ ਚਲੋ ਅਤੇ ਮੁੰਡਾ ਕਹਿੰਦੇ ਚਾਰਜ ਭੁੱਲ ਆਇਆ ਵਾ ਅਤੇ ਚਾਰਜ ਲੈਣ ਚੱਲੇ ਹਾਂ ਹੁਣ ਬਰਗਰ ਗੇਮ ਤੋਂ ਵੇਖਦੇ ਹਾਂ ਮਾਲਕ ਔਡਰ ਦਿੰਦਾ ਵਾ ਗੇਟ ਖੋਲਣ ਦਾ ਕਿ ਨਹੀਂ ਜੇ ਤਾਂ ਉਹਨੇ ਮਨਾ ਕਰਤਾ ਕਿ ਨਹੀਂ ਖੋਲਣਾ ਫਿਰ ਤਾਂ ਔਖਾ ਹੀ ਆ ਪਰ ਜਿੱਥੋਂ ਤੱਕ ਆਪਣੇ ਹੱਥ 'ਚ ਹੀ ਆ ਚਾਬੀ ਦੇ ਕੋਲ ਹੀ ਆ ਚਾਬੀ ਹੈਗੀ ਆ ਬਸ ਆਪਾਂ ਆਪੇ ਖੋਲ ਖੋਲ ਕੇ ਲਿਆਉਣਾ ਫਿਰ ਹੋਰ ਕੀ ਆ ਇੱਥੇ ਜਿਹੜਾ ਬਹੁਤ ਕਿਤੇ ਇਹ ਨੋਵਲਟੀ ਸਵੀਟਸ ਆ ਕਿ ਇੱਥੇ ਕੈਸ਼ ਪਿਆ ਹੋਣਾ ਖੁੱਲ੍ਹਾ ਡੁੱਲਾ ਵਾਧੂ ਇੱਥੇ ਕੈਸ਼ ਵੀ ਨਹੀਂ ਚੱਲਦਾ ਟੈਪ ਹੀ ਚੱਲਦਾ ਜੇ ਟੈਪ ਮੇਰੇ ਵੀਰੋ ਅਤੇ ਚਿੜੋ ਚੱਲੀਏ ਬਰਗਰ ਕਿੰਗ ਅਤੇ ਇਹਨਾਂ ਦਾ ਵੀਰ ਦਾ ਚਾਰਜ ਲੈ ਕੇ ਆਈਏ ਮੇਰੇ ਵੀਰੋ ਕਹਿੰਦੇ ਕਰੋ ਚੈੱਕ ਅੰਦਰੋਂ ਬਰਗਰ ਕਿੰਗ ਆ ਗਈ ਪਾਣੀ 'ਚ ਕੀ ਪਾਇਆ ਜੀ ਆਹ ਤੇਲ ਜੇ ਮਾਮਾ ਤੇਲ ਚੇਂਜ ਨਹੀਂ ਕੀਤਾ ਹੋਇਆ ਚਲੋ ਚੱਲੀਏ ਆ ਜਾਓ ਘਰ ਨੂੰ ਚੱਲੀਏ ਮੇਰੇ ਵੀਰੋ ਰੋਟੀ ਰੂਟੀ ਖਾ ਕੇ ਹੋ ਗਈ ਯਾਰ ਹੁਣੀ ਵਿਹਲੇ ਵੀਰ ਭਰਾ ਲੱਗੇ ਆ ਰੋਟੀ ਖਾਣ ਇੱਧਰ ਭਾਂਡੇ ਵੀ ਮਾਂਜਣ ਲੱਗ ਗਿਆ ਜਸਕਿਰਤ ਪ੍ਰਤੀਕ ਹੁਣੀ ਐਕਸਰਸਾਈਜ਼ ਤੇ ਹੋ ਗਈ ਨੇ ਤੇ ਆਪਾਂ ਹੁਣ ਕਰੀਏ ਯਾਰ ਵਲੌਗ ਦੀ ਐਂਡਿੰਗ ਅੱਜ ਤੁਹਾਨੂੰ ਬਾਹਰਲਾ ਮਾਹੌਲ ਦਿਖਾਉਂਦੇ ਹਾਂ ਕਿੱਦਾਂ ਦਾ ਵਾ ਅਤੇ ਭਰਾ ਤੁਹਾਡੇ ਨੂੰ ਸ਼ਾਇਦ ਕੰਮ ਥੋੜ੍ਹੇ ਦਿਨਾਂ ਤੱਕ ਮਿਲ ਜੇ ਬਾਕੀ ਵੇਖੋ ਨੇਰੋ ਨੇਰੀ ਹੋਇਆ ਪਿਆ ਕੰਮ ਕਹਿੰਦੇ
ਬੱਲੇ ਰਹਿਣ ਦੋ, ਅੰਦਰ ਹੀ ਆ ਜਾਓ, ਡਰ ਲੱਗਦਾ ਜੇ ਹਨੇਰੋ ਹਨੇਰੋ ਆਉਂਦਾ ਬਾਹਰ ਤੇ ਯਾਰ, ਤੇ ਬਾਹਰ ਤੇ ਆਪਾਂ ਕੀ ਜਾਣਾ, ਵਲੌਗ ਦੀ ਐਂਡਿੰਗ ਇੱਥੋਂ ਹੀ ਕਰੀਏ। ਪਹਿਲਾਂ ਤਾਂ ਬਹੁਤ ਬਹੁਤ ਵੀਰ ਭਰਾਵਾਂ ਦਾ ਧੰਨਵਾਦ ਜਿਹੜੇ ਵੀਰਾਂ ਨੇ ਇੰਨੀ ਆਪਣਾ ਟਾਈਮ ਕੱਢ ਕੇ ਵਲੌਗ ਵੇਖਦੇ ਰਹੇ ਅਤੇ ਨਾਲ ਚੈਨਲ ਨੂੰ ਲਾਈਕ ਕਰਦੇ ਰਹੇ, ਕਮੈਂਟ ਕਰਦੇ ਰਹੇ ਅਤੇ ਸਬਸਕ੍ਰਾਈਬ ਕੀਤਾ ਜਿਹੜੇ ਵੀਰ ਭਰਾਵਾਂ ਨੇ, ਬਹੁਤ ਬਹੁਤ ਥੈਂਕ ਯੂ ਉਹਨਾਂ ਦਾ। ਅਤੇ ਹੁਣ ਆਪਾਂ ਨਾ ਟਾਰਗੇਟ ਹੈਗਾ ਨੈਕਸਟ ਹੈਗਾ 2K ਆਪਾਂ ਜਲਦੀ ਜਲਦੀ ਕਰ ਦੇਣੇ ਹਾਂ। ਅਤੇ ਮੈਂ ਸ਼ਾਇਦ ਹੁਣ ਥੋੜ੍ਹੇ ਦਿਨਾਂ ਲਾ ਕੇ ਚੱਲ ਜਾਂ ਕੈਲਗਰੀ, ਬਾਕੀ ਵੇਖੋ ਜੋਬ ਦੇ ਚੱਕਰ 'ਚ ਕੈਲਗਰੀ ਤੋਂ ਅੱਗੇ ਵੀ ਜਾ ਸਕਦਾ, ਇਹ ਤੁਹਾਡੇ ਲਈ ਸਰਪ੍ਰਾਈਜ਼ ਆ। ਉੱਥੇ ਜਾ ਕੇ ਸ਼ਾਇਦ ਨੈਟਵਰਕ ਪ੍ਰੋਬਲਮ ਵਗੈਰਾ ਆਵੇ, ਵਲੌਗਸ ਵਗੈਰਾ ਨਾ ਅਪਲੋਡ ਕਰ ਪਾਵਾਂ, ਬਾਕੀ ਵੇਖਦੇ ਹਾਂ, ਸ਼ਾਇਦ ਚੱਲਣਾ ਵਾ, ਮੈਂ ਵੇਖਦੇ ਹਾਂ ਥੋੜ੍ਹੇ ਦਿਨਾਂ ਤੱਕ ਚੱਲ ਜਾਂਗੇ। ਅਤੇ ਮਿਲਦੇ ਹੁਣ ਤੁਹਾਨੂੰ ਅਗਲੇ ਵਲੌਗ 'ਚ, ਬਣੇ ਰਹੋ ਇੱਦਾਂ ਹੀ ਵਲੌਗਾਂ ਦੇ ਨਾਲ, ਲਾਈਕ ਕਮੈਂਟ ਸਬਸਕ੍ਰਾਈਬ ਕਰਦੇ ਰਹੋ, ਜਿਹੜੇ ਜਿਹੜੇ ਵੀਰ ਨੇ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਕਰ ਦਿਓ, 2K ਆਪਾਂ ਜਲਦੀ ਕਰ ਦੇਣੇ ਆ, ਅਤੇ ਤੁਹਾਡੇ ਲਈ ਨਵੇਂ ਨਵੇਂ ਵਲੌਗ ਆਉਂਦੇ ਰਹਿਣਗੇ। ਅਤੇ ਸਾਰੇ ਭਰਾ ਖੁਸ਼ ਰਹੋ ਅਤੇ ਆਪਣਾ ਖਿਆਲ ਰੱਖੋ, ਲੜ ਪਈ।